ਸਾਡੀ ਕੌਮ ਦਾ ਬੱਬਰ ਸ਼ੇਰ ਭਾਈ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ, ਭਾਈ ਪਿਓਰਾ ਜੀ, ਭਾਈ ਤਾਰਾ ਜੀ, ਹੈ ਹੋਰ ਅਣਗਿਣਤ ਸਿੰਘ ਆ ਜਿਹੜੇ ਸਾਡੇ ਜੇਲ੍ਹਾਂ 'ਚ ਬੈਠੇ ਹੋਏ ਨੇ। ਅਤੇ ਅੱਜ ਦੇ ਵਿਸ਼ੇ 'ਤੇ ਆਪਾਂ ਗੱਲ ਕਰਨੀ ਆ। ਕਈ ਸਾਡੇ ਬੰਦੇ ਬੜਾ ਰੌਲਾ ਪਾਉਂਦੇ ਆ, ਹੁਣ ਮੈਂ ਬੋਲਣਾ ਤਾਂ ਭਾਈ ਪੈਣਾ, ਕਿਉਂਕਿ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ਼ ਕੋਈ ਬੋਲਦਾ ਨਾ, ਆਪਣੇ ਤੋਂ ਰਿਹਾ ਨਹੀਂ ਜਾਂਦਾ, ਆਪਾਂ ਮੰਜੀ ਪੂਰੀ ਠੋਕਦੇ ਹਾਂ ਅਤੇ ਮੰਜੀ ਪੂਰੀ ਠੋਕਦੇ ਰਹਾਂਗੇ। ਆ ਇੱਕ ਬੰਦੇ ਨੇ ਪੋਸਟ ਪਾਈ ਹੈ ਕਿ 1.5 ਸਾਲ ਡਿਜੀਟਲ ਯੋਧਾ ਜੇਲ੍ਹ 'ਚ ਰਹਿ ਗਿਆ, ਰੋਣ ਅਰਗਾ ਹੋ ਗਿਆ। ਅਤੇ ਤੁਹਾਨੂੰ ਵੀ ਮੈਂ ਇੱਕ ਪੱਕੀ ਅਤੇ ਕਲੀਅਰ ਗੱਲ ਕਹਿ ਦਿੰਦਾ ਵੀ ਇੱਕ ਬੰਦਾ ਨਾ 2 ਕਿ 3 ਦਿਨ 57 ਪਰਚੇ ਦੇ ਅੰਦਰ ਰਿਹਾ, ਹੈਂ ਆਉਂਦਿਆਂ ਹੀ ਬਾਹਰ ਆਪਣੇ ਬਿਆਨ ਬਦਲ ਗਿਆ ਸੀ। ਠੀਕ ਆ ਨਾ, ਨਾਂ ਨਹੀਂ ਮੈਂ ਲੈਣਾ, ਨਾਂ ਨਹੀਂ ਮੈਂ ਲੈਣਾ। ਵੈਸੇ ਉਹ ਆਪਣੇ ਬਿਆਨ ਬਦਲ ਗਿਆ ਸੀ ਬਾਹਰ ਆਉਂਦਿਆਂ ਸਾਰੀ। ਠੀਕ ਆ ਨਾ, ਜਿਹੜੇ ਸਾਡੇ ਕੌਮ ਦੇ ਬੰਦੇ ਆ, ਠੀਕ ਆ ਕਿ ਨਹੀਂ, ਸਾਡੀ ਕੌਮ ਨਹੀਂ ਖਲੋਂਦੇ, ਅਸੀਂ ਉਹਨਾਂ ਦੀ ਪਹਿਚਾਣ ਹੀ ਨਹੀਂ ਕਰ ਪਾਉਂਦੇ ਯਾਰ। ਅਸੀਂ ਉਹਨਾਂ ਦੀ ਵਿਰੋਧਤਾ ਕਰੀ ਜਾਂਦੇ, ਕਰੋ ਵਿਰੋਧਤਾ, ਜਿੰਨੀ ਵਿਰੋਧਤਾ ਅੰਮ੍ਰਿਤਪਾਲ ਦੀ ਕਰਨੀ ਕਰੋ, ਜਿੰਨੀ ਵਿਰੋਧਤਾ ਤੁਸੀਂ ਕਰਨੀ ਆ ਨਾ ਭਾਈ ਸਾਹਿਬ ਦੀ ਕਰੋ, ਮੰਜੀ ਤੁਹਾਡੀ ਬਰਾਬਰ ਠੁੱਕੂਗੀ। ਠੀਕ ਆ ਨਾ, ਮੰਜੀ ਤੁਹਾਡੀ ਬਰਾਬਰ ਠੋਕ ਕੇ ਰੱਖੂਗਾ ਧਕੇਲਾ। ਧਕੇਲਾ ਕਿਤੇ ਸੱਤਵੇਂ ਅਸਮਾਨ 'ਚ ਨਹੀਂ ਬੈਠਾ ਹੋਇਆ, ਧਕੇਲਾ ਪੰਜਾਬ ਦੀ ਧਰਤੀ ਦੇ ਉੱਤੇ ਬੈਠਾ। ਅਤੇ ਤੁਸੀਂ ਕਤੀੜੋ ਗੰਦ ਪਾ ਰੱਖਿਆ ਤੁਸੀਂ, ਆ ਦੁਨੀਆ 'ਤੇ ਕੀ ਕੁਛ ਹੋਣ ਡਿਆ। ਆ ਚਰਨ ਘਾਟ ਵਾਲੇ ਬਾਬੇ ਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਕੁੜੀ ਨਾਲ ਕਰਮ ਕੀਤਾ, ਤੁਸੀਂ ਬੋਲੇ ਹੋ, ਤੁਸੀਂ ਉੱਧਰ ਤੁਸੀਂ ਕੋਈ ਪੋਸਟਾਂ ਪਾਈਆਂ, ਬੋਲੇ ਹੋ, ਗਏ ਹੋ, ਆਏ ਹੋ, ਇੱਕੋ ਗੱਲ, ਹਾਏ ਅੰਮ੍ਰਿਤਪਾਲ, ਹਾਏ ਅੰਮ੍ਰਿਤਪਾਲ, ਅੰਮ੍ਰਿਤਪਾਲ ਨੇ ਤੁਹਾਡੇ ਤੋਂ ਕੁਛ ਲੈ ਕੇ ਖਾਧਾ? ਅੰਮ੍ਰਿਤਪਾਲ ਨੂੰ ਤੁਸੀਂ ਆਪਣੀ ਜੇਬ ਦੇ ਵਿੱਚੋਂ ਕੋਈ ਰੁਪਈਆ ਦਿੱਤਾ? ਕਿਤੇ ਤੁਸੀਂ ਅੰਮ੍ਰਿਤਪਾਲ ਦੇ ਨਾਲ ਤੁਸੀਂ ਕਿਤੇ ਗਏ ਹੋ? ਹੈਂ, ਜਦੋਂ ਅੰਮ੍ਰਿਤਪਾਲ ਦੇ ਨਾਲ ਤੁਹਾਡਾ ਕੋਈ ਵਾਸਤਾ ਹੀ ਨਹੀਂ, ਤੁਹਾਡੇ ਕੋਈ ਲਿੰਕ ਹੀ ਨਹੀਂ, ਉਹ ਬੰਦਾ ਅੱਜ ਜੇਲ੍ਹ 'ਚ ਬੈਠਾ ਅਤੇ ਤੁਸੀਂ ਬਾਹਰ ਥਾਪੀਆਂ ਮਾਰੀ ਜਾਂਦੇ ਹੋ, ਦੱਸੋ ਹੈਂ। ਜੰਗਲ 'ਚ ਸ਼ੇਰ ਹੁੰਦਾ, ਸ਼ੇਰ ਸਿੰਘੋ, ਜੰਗਲ ਦੇ ਵਿੱਚ ਸ਼ੇਰ ਹੁੰਦਾ, ਅਤੇ ਜਦੋਂ ਜੰਗਲ ਦੇ ਵਿੱਚ ਸ਼ੇਰ ਹੋਵੇ, ਜਿਹੜੇ ਬਾਂਦਰ ਆ, ਠੀਕ ਆ ਨਾ, ਹੋਰ ਪਸ਼ੂ ਪੰਛੀ ਜਿੰਨੇ ਆ ਜੰਗਲ ਦੇ, ਪਰ ਸਾਰੇ ਭੱਜ ਜਾਂਦੇ ਆ, ਕੋਈ ਨਹੀਂ ਨੇੜੇ ਆਉਂਦਾ ਸ਼ੇਰ ਦੇ। ਅਤੇ ਜਦੋਂ ਕਿਤੇ ਸ਼ੇਰ ਫੜਿਆ ਜਾਵੇ, ਕੈਦ ਹੋ ਜਾਵੇ ਕਿਤੇ ਪਿੰਜਰੇ 'ਚ, ਅਤੇ ਫਿਰ ਉਹ ਜਿਹੜੇ ਬਾਂਦਰ ਹੁੰਦੇ ਆ, ਟਬੂਸੀਆਂ ਮਾਰਨ ਵਾਲੇ ਆ, ਅਤੇ ਉਹ ਹੀ ਹੋਰ ਜਾਨਵਰ ਪੰਛੀ ਹੁੰਦੇ ਆ, ਹੈਂ, ਉਹ ਫਿਰ ਸਾਰੇ ਇਕੱਠੇ ਹੁੰਦੇ ਆ, ਫਿਰ ਉਹ ਬੋਲਦੇ, ਉੱਚੀ ਉੱਚੀ ਤਾੜੀਆਂ ਮਾਰਦੇ ਆ, ਸ਼ੇਰ ਫੜਿਆ ਗਿਆ, ਸ਼ੇਰ ਫੜਿਆ ਗਿਆ। ਉਹ ਗੱਲ ਆ ਵੀ ਅੱਜ ਸਾਡਾ ਉਹੀ ਸ਼ੇਰ, ਠੀਕ ਆ ਕਿ ਨਹੀਂ, ਡਿਬਰੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਆ, ਅਤੇ ਅੱਜ ਬੜੇ ਇੱਥੇ ਬਾਂਦਰ ਟਬੂਸੀਆਂ ਮਾਰਦੇ ਫਿਰਦੇ ਆ। ਉਹ ਜਿੱਦਣ ਸ਼ੇਰ ਬਾਹਰ ਸੀ, ਪੰਜਾਬ ਦੀ ਧਰਤੀ ਦੇ ਉੱਤੇ ਸੀ ਸ਼ੇਰ, ਉਦੋਂ ਕਿਹੜੀਆਂ ਖੁੱਡਾਂ 'ਚ ਲੁਕੇ ਸੀ ਤੁਸੀਂ ਦੱਸੋ? ਮਤਲਬ ਕਿ ਉਦੋਂ ਕਿਹੜੀਆਂ ਖੁੱਡਾਂ ਦੇ ਵਿੱਚ ਲੁਕੇ ਹੋਏ ਸੀ, ਉਦੋਂ ਕਿੱਥੇ ਬੈਠੇ ਸੀ ਤੁਸੀਂ, ਦਾ ਕੇ ਦੱਸੋ? ਅੱਜ ਤੁਸੀਂ ਥਾਪੀਆਂ ਮਾਰਦੇ ਫਿਰਦੇ ਹੋ, ਅਸੀਂ ਉਹ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਅਸੀਂ ਇੱਦਾਂ ਕਰ ਦਾਂਗੇ, ਕੀ ਕਰ ਦੋਗੇ? ਮੈਂ ਵਾਅਦੇ ਨਾਲ ਤੁਹਾਨੂੰ, ਸਿੱਖੋ ਇੱਕ ਗੱਲ ਆਉਂਦਾ, ਤੁਹਾਨੂੰ ਵਾਅਦੇ ਨਾਲ ਮੈਂ ਇੱਕ ਪੱਕੀ ਅਤੇ ਕਲੀਅਰ ਗੱਲ ਆਉਂਦਾ ਵੀ ਜਿਹੜੇ ਬੰਦੇ ਭਾਈ ਸਾਹਿਬ ਦਾ ਵਿਰੋਧ ਕਰਦੇ, ਕੱਖ ਨਹੀਂ ਵਿਗਾੜ ਸਕਦੇ, ਕੱਖ ਵੀ ਨਹੀਂ ਵਿਗਾੜ ਸਕਦੇ, ਕੱਖ ਵੀ। ਅਸੀਂ ਤਾਂ ਉਹ ਬਰਸੀਮ ਦੀ ਫਸਲ ਵਰਗੇ ਹਾਂ, ਜਿੰਨਾ ਤੁਸੀਂ ਵੱਢੋਗੇ, ਜਿੰਨਾ ਵਿਰੋਧ ਕਰੋਗੇ ਨਾ, ਉਨਾ ਉੱਭਰ ਕੇ ਸਾਹਮਣੇ ਆਵਾਂਗੇ। ਮੈਨੂੰ ਇਉਂ ਦੱਸੋ
ਭਾਈ ਸਾਹਿਬ ਨੇ ਕਿਹੜਾ ਚਿੱਟਾ ਵੇਚਿਆ, ਕਿਹੜਾ ਬਲਾਤਕਾਰ ਕੀਤਾ, ਕਿਹੜੀ ਰੇਤਾ ਵੇਚੀ ਆ, ਕਿਹੜੇ ਖੱਡ 'ਚ ਹਿੱਸਾ ਸੀ, ਦੱਸੋ ਮੈਨੂੰ ਤੁਸੀਂ। ਜਿਹੜੇ ਬੰਦਿਆਂ ਨੇ ਪੰਜਾਬ 'ਚ ਚਿੱਟਾ ਲਿਆਂਦਾ, ਪੰਜਾਬ ਦੀ ਨੌਜਵਾਨੀ ਦਾ ਖਾਤਮਾ ਕੀਤਾ, ਹੈਂ ਰੇਤਾ ਬਜਰੀ ਦੀ ਬਲੈਕ ਕੀਤੀ ਆ, ਹੋਰ ਕਿੰਨਾ ਕੁਛ ਕੀਤੇ, ਘਟੀਆ ਕੰਮ ਕੀਤੇ, ਹੈਂ ਸੌਦੇ ਸਾਧ ਨੂੰ ਮਾਫੀਆਂ ਦਿੱਤੀਆਂ, ਉੱਥੇ ਜ਼ੁਬਾਨ ਹੀ ਨਹੀਂ ਖੁੱਲ੍ਹਦੀ ਸਾਡੀ ਯਾਰ, ਉੱਥੇ ਸਾਡੀ ਜ਼ੁਬਾਨ ਹੀ ਨਹੀਂ ਖੁੱਲ੍ਹਦੀ, ਉੱਥੇ ਸਾਡੀ ਚੁੱਪ ਕਰ ਜਾਂਦੇ ਹਾਂ। ਦੱਸੋ ਇੱਕ ਬੰਦਾ ਅੱਜ ਆਪਣੇ ਸਾਥੀਆਂ ਸਮੇਤ ਡਿਬਰੂਗੜ੍ਹ ਦੀ ਜੇਲ੍ਹ 'ਚ ਬੰਦ ਬੈਠਾ, ਆਪਣੇ ਸਾਥੀਆਂ ਸਮੇਤ ਭੱਜਿਆ ਨਹੀਂ। ਹਾਂ ਇਹ ਨਹੀਂ ਹੈਗਾ ਵੀ ਆਪਣੇ ਸਾਥੀਆਂ ਨੂੰ ਛੱਡ ਕੇ ਆਪ ਭੱਜ ਗਿਆ ਹੋਵੇ, ਬਾਹਰ ਭੱਜ ਗਿਆ ਹੋਵੇ ਜਾਂ ਨਿਕਲ ਗਿਆ ਹੋਵੇ, ਫਿਰ ਤਾਂ ਤੁਸੀਂ ਆਖੋ ਵੀ ਆਪਦੇ ਬੰਦੇ ਜੇਲ੍ਹ 'ਚ ਕਰਾ ਕੇ ਅਤੇ ਆਪ ਉਹ ਬਾਹਰ ਭੱਜ ਗਿਆ, ਫਿਰ ਤਾਂ ਤੁਸੀਂ ਉਹ ਗੱਲ ਕਰੋ। ਅਗਲਾ ਬਰਾਬਰ ਸਾਥੀਆਂ ਦੇ ਨਾਲ ਬੈਠਾ ਬਰਾਬਰ, ਅਤੇ ਫਿਰ ਤਾਂ ਹੱਕ ਹੀ ਨਹੀਂ ਬਣਦਾ ਗੱਲ ਕਰਨ ਦਾ, ਪਰ ਤੁਸੀਂ ਹਟਦੇ ਨਹੀਂ, ਤੁਸੀਂ ਉਹਨੇ ਨਹੀਂ। ਇਸ ਲਈ ਤੁਹਾਡੇ ਜਿਹੜੀ ਆ ਡਾਂਗ ਪੂਰੇ ਤੁਹਾਡੇ ਚੜਾ ਕੇ ਰੱਖਾਂਗੇ ਤੁਹਾਡੇ, ਠੀਕ ਹੈ, ਤੁਹਾਡੀ ਮੰਜੀ ਆ ਜਿਹੜੀ ਪੂਰੀ ਠੋਕ ਕੇ ਰੱਖਾਂਗੇ, ਠੀਕ ਹੈ ਨਾ। ਜਿਹੜੇ ਬੰਦੇ ਦੇ ਮੱਖ ਲੜਦੀ ਆ, ਜਿਹੜੇ ਬੰਦੇ ਨੂੰ ਬਾਹਲੀ ਖਾਜ ਹੁੰਦੀ ਆ, ਜਿਹੜਾ ਬੰਦਾ ਨਾ ਮੈਂ ਐਂ ਕਰ ਦੂੰਗਾ, ਮੈਂ ਇਉਂ ਕਰ ਦੂੰਗਾ, ਠੀਕ ਹੈ ਕਿ ਨਹੀਂ, ਨੰਬਰ ਫੇਸਬੁੱਕ 'ਤੇ ਮੇਰਾ ਦਿੱਤਾ ਹੋਇਆ, ਸਾਰਾ ਕਨੈਕਟ ਨੰਬਰ ਦਿੱਤਾ ਹੋਇਆ, ਸਾਰੀ ਲੋਕੇਸ਼ਨ ਪਾਈ ਹੋਈ ਆ, ਜਦੋਂ ਮਰਜ਼ੀ ਧਕੇਲੇ ਨੂੰ ਫੋਨ ਕਰੋ ਅਤੇ ਧਕੇਲੇ ਨਾਲ ਦੋ ਹੱਥ ਕਰੋ। ਅਸੀਂ ਅੱਜ ਵੀ ਭਾਈ ਸਾਹਿਬ ਦੇ ਹੱਕ ਦੇ ਵਿੱਚ ਹਾਂ, ਪਹਿਲਾਂ ਵੀ ਹੱਕ ਦੇ ਵਿੱਚ ਸੀ, ਅਤੇ ਜਿਹੜਾ ਭਾਈ ਸਾਹਿਬ ਦੀ ਕਿਰਦਾਰ ਕੁਸ਼ੀ ਕਰੂਗਾ, ਠੀਕ ਹੈ ਕਿ ਨਹੀਂ, ਸਾਡੇ ਵੱਲੋਂ ਅਸੀਂ ਉਹਦੀ ਪੂਰੀ ਮੰਜੀ ਠੋਕਾਂਗੇ ਰੀਝ ਨਾਲ। ਕੱਲ੍ਹ ਨੂੰ ਤੁਸੀਂ ਆਖੋ ਵੀ ਇਹ ਕੀ ਕਹਿਤਾ, ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਤੁਹਾਨੂੰ, ਮੈਂ ਪਹਿਲਾਂ ਵੀ ਤੁਹਾਨੂੰ ਇਹ ਗੱਲ ਹੀ ਕਹੀ ਹੋਈ ਸੀ ਵੀ ਸਾਡਾ ਕੋਈ ਨਹੀਂ, ਜੇ ਤੁਸੀਂ ਭਾਈ ਸਾਹਿਬ ਦੇ ਬਰਖਲਾਫ ਕੋਈ ਬੰਦਾ ਵੀ ਬੋਲਦਾ, ਅਸੀਂ ਉਹਨੂੰ ਨਹੀਂ ਬਖਸ਼ਣਾ। ਮੁੜ ਕੇ ਨਾ ਸਾਨੂੰ ਆਖਿਆ ਜੀ ਵੀ ਸਾਡੇ ਬਾਰੇ ਬੋਲਦੇ ਆ ਜਾਂ ਉਹਨਾਂ ਬਾਰੇ ਬੋਲਦੇ ਆ ਜਾਂ ਐਂ ਕਰਦੇ, ਅਸੀਂ ਉਹਦੀ ਪੂਰੀ ਮੰਜੀ ਟਿਕਾ ਕੇ ਠੋਕਣੀ। ਬਈ ਸਾਰੇ ਭਰਾ ਜ਼ਰੂਰ ਸ਼ੇਅਰ ਕਰ ਦਿਉ ਵੀਡੀਓ ਨੂੰ ਮੇਰੇ ਵੀਰੇ, ਜਿੰਨੇ ਪਿਆਰ ਕਰਨ ਵਾਲੇ ਸ਼ੇਅਰ ਕਰ ਦਿਉ, ਠੀਕ ਹੈ ਕਿ ਨਹੀਂ। ਬਾਕੀ ਜਿਹੜੇ ਵੀ ਬੰਦੇ ਸਾਨੂੰ ਨਹੀਂ ਸਾਡੀ ਵੀਡੀਓ ਪਸੰਦ ਕਰਦੇ, ਕੋਈ ਵੀ ਉਹ ਜਾ ਸਕਦਾ, ਸਾਨੂੰ ਕਿੰਨਾ ਕੋਈ ਮਤਲਬ ਨਹੀਂ, ਠੀਕ ਹੈ। ਕੋਈ ਹੋਵੇ ਲਾਹੌਰੀਆ ਜਰਮਨੀ ਤੋਂ, ਬਾਈ ਕੋਈ ਹੋਵੇ ਫੇਸਬੁੱਕੀ ਯੋਧਾ, ਜਿਹੜਾ ਵੀ ਆ ਪੂਰੀ ਮੰਜੀ ਠੋਕ ਕੇ ਰੱਖੂੰਗਾ, ਠੀਕ ਹੈ ਕਿ ਨਹੀਂ। ਪੰਜਾਬ 'ਚ ਬੈਠਾ, ਪੰਜਾਬ ਦੀਆਂ ਸੜਕਾਂ 'ਤੇ ਰੋਜ਼ਾਨਾ ਮੈਂ ਘੁੰਮਦਾ ਫਿਰਦਾ ਰਹਿੰਦਾ, ਮੇਰਾ ਕੰਮ ਹੀ ਇਹੋ ਜਿਹਾ, ਮੇਰਾ ਬਿਜ਼ਨਸ ਹੀ ਇਹੋ ਜਿਹਾ, ਜਦੋਂ ਮਰਜ਼ੀ ਜਿੱਥੇ ਮਰਜ਼ੀ ਟੱਕਰ ਲਿਆ ਜੇ, ਜਦੋਂ ਮਰਜ਼ੀ ਆ ਜਾ ਜੇ, ਠੀਕ ਆ ਨਾ। ਜਿਹੜਾ ਪੰਜਾਬ ਦੀ ਗੱਲ ਕਰਦਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ, ਉਹਦੇ ਮਗਰ ਤੁਸੀਂ ਹੱਥ ਧੋ ਕੇ ਪਏ ਜੋ। ਜਿਨ੍ਹਾਂ ਨੇ ਪੰਜਾਬ 'ਚ ਚਿੱਟਾ ਲਿਆ ਕੇ ਪੰਜਾਬ ਦੀ ਨੌਜਵਾਨੀ ਦੀ ਨਸ਼ਲਕੁਸ਼ੀ ਕਰਤੀ ਆ, ਉੱਥੇ ਤੁਹਾਡੇ ਦੰਦਾਂ ਨੂੰ ਜਿਹੜੀਆਂ ਦੰਦਲਾਂ ਪੈ ਜਾਂਦੀਆਂ ਤੁਹਾਡੀ ਜੀਭ ਨੂੰ, ਉੱਥੇ ਤੁਸੀਂ ਬੋਲਦੇ ਨਹੀਂ ਹੋ, ਉੱਥੇ ਤੁਸੀਂ ਨਹੀਂ ਬੋਲਦੇ, ਨਾ 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 ਨਾ, ਬੋਲਣਾ ਕਿੱਥੇ ਆ। ਜਿੱਥੇ ਬੰਦਾ ਸੱਚਾ ਕੰਮ ਕਰੂਗਾ, ਸਹੀ ਕੰਮ ਕਰੂਗਾ, ਪੰਜਾਬ ਪੱਖੀ ਕੰਮ ਕਰੂਗਾ, ਵਧੀਆ ਕੰਮ ਕਰੂ, ਬਸ ਉਹਦੀਆਂ ਲੱਤਾਂ ਖਿੱਚਣੀਆਂ, ਪਤੰਦਰੇ ਮੂਹਰੇ ਕਿਵੇਂ ਹੋ ਗਏ, ਮੂਹਰੇ ਕਿਵੇਂ ਲੱਗ ਗਿਆ ਯਾਰ, ਬਸ ਉਹਦੀ ਕਿਰਦਾਰ ਕੁਸ਼ੀ ਕਰਨੀ, ਹੋਰ ਤੁਹਾਡੇ ਪੱਲੇ ਕੁਛ ਨਹੀਂ ਹੈਗਾ। ਬਈ ਜਿਹੜੇ ਬੰਦੇ ਅੰਮ੍ਰਿਤਪਾਲ ਦਾ ਵਿਰੋਧ ਕਰਦੇ ਆ ਨਾ, ਇਹਨਾਂ ਦੇ ਪੱਲੇ ਆਪਦੇ ਕੱਖ ਨਹੀਂ ਹੈਗਾ, ਕੋਈ ਇਹਨਾਂ ਦੇ ਜੀਵਨ ਵਿੱਚ ਕੁਛ ਨਹੀਂ ਹੈਗਾ, ਇਹ ਸਿਰਫ ਵਿਰੋਧ ਕਰਦੇ ਆ, ਚੰਦ ਬੰਦੇ ਆ ਇਹਨਾਂ ਦੇ ਮਗਰ, ਇੱਕ ਇੱਕ ਦੋ ਦੋ ਬੰਦੇ ਵੀ ਨਹੀਂ ਤੁਰਦੇ, ਚੰਦ ਬੰਦੇ ਆ ਪੰਜਾਬ ਦੇ ਵਿੱਚ, ਹਾਂਜੀ ਠੀਕ ਹੈ ਨਹੀਂ। ਜੇ ਲੋਕਾਂ ਨੇ ਉਹਨੂੰ ਅੰਮ੍ਰਿਤਪਾਲ ਨੂੰ ਅਸੈਪਟ ਕੀਤਾ, ਵੋਟਾਂ ਪਾਈਆਂ, MP ਬਣਾਇਆ, ਵੀ ਸਾਨੂੰ ਪਸੰਦ ਆ ਇਹ ਬੰਦਾ, ਸਾਡਾ ਪਸੰਦੀਦਾ ਬੰਦਾ ਹੈ, ਅਸੀਂ ਇਹਨੂੰ ਵੋਟ ਪਾ ਕੇ ਜਿਤਾਇਆ ਲੋਕਤੰਤਰੀ ਤਰੀਕੇ ਨਾਲ, ਹਾਂ
ਤੁਸੀਂ ਆਨੇ ਅਸੀਂ ਐ ਕਰ ਜਾਂਗੇ, ਅਸੀਂ ਐ ਕਰ ਜਾਂਗੇ, ਅਸੀਂ ਉਹ ਕਰਦਾ ਕੀ ਕਰ ਦੋਗੇ? ਤੁਸੀਂ ਕੱਖ ਨਹੀਂ ਕਰ ਸਕਦੇ ਹੋ ਤੁਸੀਂ। ਹੈ ਅਸੀਂ ਡਿਬੇਟਾਂ ਰੱਖਦੇ ਹਾਂ, ਅਸੀਂ ਕੀ ਡਿਬੇਟਾਂ 'ਚ ਤੁਸੀਂ ਕੀ ਕਰ ਲਿਆ? ਡਿਬੇਟਾਂ ਦੇ ਵਿੱਚ ਤੁਸੀਂ ਕੀ ਕਰ ਲਿਆ? ਕੀ ਖੱਟਿਆ ਡਿਬੇਟਾਂ ਦੇ ਵਿੱਚ? ਜਿੱਦਣ ਅਗਲਾ ਬਾਹਰ ਸੀ ਨਾ ਪੰਜਾਬ ਦੀ ਧਰਤੀ ਦੇ ਉੱਤੇ, ਬਾਹਰ ਸੀ ਜਿੱਦਣ ਇੱਥੇ, ਉਦੋਂ ਤੁਸੀਂ ਖੁੱਡਾਂ ਦੇ ਵਿੱਚ ਲੁਕੇ ਹੋਏ ਸੀ, ਆਪਣੀਆਂ ਖੁੱਡਾਂ ਦੇ ਵਿੱਚ, ਘਰਾਂ ਦੇ ਵਿੱਚ, ਤੁਸੀਂ ਉਦੋਂ ਨਹੀਂ ਬੋਲੇ। ਅੱਜ ਤੁਸੀਂ ਬੋਲਦੇ ਫਿਰਦੇ ਹੋ। ਹੈਂ ਕਿ ਅੰਮ੍ਰਿਤਪਾਲ ਨੇ ਮਾੜਾ ਕੰਮ ਗਿਣਾਉਣਾ, ਮਾੜਾ ਕੰਮ ਉਹਨੇ ਕੀ ਕੀਤਾ? ਹੈਂ ਆਹ ਗੁਰੂ ਗ੍ਰੰਥ ਸਾਹਿਬ ਜਨਾਲੇ ਲੈ ਗਿਆ, ਤੁਸੀਂ ਲੋਕਾਂ ਨੇ ਰੌਲਾ ਪਾਇਆ, ਹਾਏ ਬੇਅਦਬੀ ਹੋ ਗਈ, ਹਾਏ ਬੇਅਦਬੀ ਹੋ ਜਾਣੀ ਸੀ, ਹਾਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਗਏ, ਹਾਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਉੱਥੇ ਲਿਜਾਣਾ ਨਹੀਂ ਚਾਹੀਦਾ ਸੀ। ਠੀਕ ਹੈ ਨਾ, ਬੜਾ ਕੁਛ ਕਿਹਾ, ਚਲੋ ਚੁੱਪ ਹੋ ਗਿਆ ਆਪਾਂ ਵੀ, ਠੀਕ ਹੈ ਕਿ ਨਹੀਂ? ਅਤੇ ਹੁਣ ਹੁਣ ਜਿਹੜੇ ਚਰਨ ਘਾਟ ਵਾਲੇ ਗੁਰਦੁਆਰੇ ਦੇ ਵਿੱਚ ਉਹ ਬਲਜਿੰਦਰ ਸਾਧੜੇ ਨੇ ਜਿਹੜੀ ਬੇਅਦਬੀ ਕੀਤੀ ਆ, ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ 'ਚ ਕਰਮ ਕੀਤਾ, ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਤਾਂ ਹੋਈ ਹੈ ਨਾ, ਉੱਥੇ ਨਹੀਂ ਬੋਲਦੇ ਹੋ, ਤੁਹਾਡੇ ਸੰਗ ਪਾੜ ਗਏ, ਤੁਹਾਡੀਆਂ ਜੀਭਾਂ ਸੜ ਜਾਣ, ਅੱਗ ਲੱਗ ਜੇ ਤੁਹਾਡੀਆਂ ਜੀਭਾਂ ਨੂੰ, ਤੁਹਾਡੇ ਤਾਲੂਆਂ ਨੂੰ ਅੱਗ ਲੱਗ ਜੇ, ਉੱਥੇ ਕਿਉਂ ਨਹੀਂ ਬਿਆਨ ਦਿੱਤਾ? ਉੱਥੇ ਨਹੀਂ ਬੋਲੇ ਤੁਸੀਂ, ਉੱਥੇ ਤੁਸੀਂ ਦਿਹਾੜੀ ਦੀਆਂ ਪੰਜ ਪੰਜ ਵੀਡੀਓ ਨਹੀਂ ਪਾਈਆਂ ਤੁਸੀਂ, ਉੱਥੇ ਡਿਬੇਟਾਂ ਨਹੀਂ ਰੱਖੀਆਂ, ਉੱਥੇ ਅੰਮ੍ਰਿਤਪਾਲ ਦੇ ਮਹਿਰੋ ਦੇ ਨਾਲ ਕਿਉਂ ਨਹੀਂ ਗਏ, ਖੜੇ ਨਹੀਂ ਕੀਤੇ, ਨਹੀਂ ਕਰਾਏ ਕੁਛ? ਦੱਸੋ ਪੁੱਤ ਪੰਜਾਬ ਦੇ ਬਾਈ ਜੁੜਿਆ, ਸਤਿ ਸ਼੍ਰੀ ਅਕਾਲ ਭਾਅ ਜੀ, ਸਤਿ ਸ਼੍ਰੀ ਅਕਾਲ। ਇੱਕ ਸੋਨੂ ਨਾਂ ਦਾ ਬੰਦਾ, ਮੈਂ ਬਾਈ ਨੂੰ ਨਹੀਂ ਜਾਣਦਾ, ਸੋਨੂ ਨਾਂ ਦਾ ਬੰਦਾ ਕੋਈ ਬਾਹਰ ਦਾ, ਚਲੋ ਮੈਂ ਬਾਈ ਨਾਲ ਵਿਚਰਿਆ ਨਹੀਂ, ਨਾ ਮੇਰਾ ਬਾਈ ਨਾਲ ਕੋਈ ਗੱਲ ਹੋਈ ਆ, ਉਹਨੇ ਮੰਜੀ ਇਹਨਾਂ ਦੀ ਟਕਾ ਕੇ ਠੋਕੀ, ਪੂਰੀ ਰੀਝ ਨਾਲ ਮੰਜੀ, ਪੂਰੀ ਰੀਝ ਨਾਲ ਮੰਜੀ ਠੋਕੀ ਆ। ਪਤਾ ਨਹੀਂ ਕਿੱਥੋਂ ਦਾ ਭਰਾ ਸਾਡਾ, ਅੱਛਾ ਸੋਨੂ ਯੂ ਐੱਸ ਏ ਤੋਂ, ਹਾਂ ਬਾਈ ਯੂ ਐੱਸ ਏ ਤੋਂ ਹੋਊਗਾ, ਅਮੈਰੀਕਾ ਤੋਂ, ਠੀਕ ਹੈ ਨਾ? ਮੈਨੂੰ ਨਹੀਂ ਪਤਾ, ਮੈਂ ਵੇਖਿਆ, ਮੈਂ ਕਾਫੀ ਦਿਨ ਮੈਂ ਰਿਹਾ, ਬਿਜ਼ੀ ਰਿਹਾ ਕੰਮ ਕਾਰ 'ਚ, ਪਰ ਮੈਂ ਕਹਿਣਾ ਚਾਹੁੰਦਾ, ਠੀਕ ਹੈ ਕਿ ਨਹੀਂ, ਪੰਜਾਬ 'ਚ ਬੈਠੇ ਹਾਂ, ਪੰਜਾਬ 'ਚ ਵਿਚਰਦੇ ਹਾਂ, ਠੀਕ ਹੈ ਕਿ ਨਹੀਂ? ਸਰੀਰ ਨੇ ਮਰ ਜਾਣਾ, ਯਕੀਨਣ ਮਰ ਜਾਣਾ, ਪੱਕਾ ਪਤਾ ਵੀ ਮਰ ਹੀ ਜਾਣਾ, ਪਰ ਆਪਦੀ ਜ਼ਮੀਰ ਨੂੰ ਮਾਰ ਕੇ ਬਿਲਕੁਲ ਨਹੀਂ ਤੁਰੇ, ਬਿਲਕੁਲ ਨਹੀਂ ਤੁਰੇ। ਤਾਂ ਮੈਂ ਉਹ ਸੋਨੂ ਨੂੰ ਸਪੋਰਟ ਕਰਦਾ, ਉਹ ਭਰਾ ਨੂੰ ਸਪੋਰਟ ਕਰਦਾ, ਠੀਕ ਹੈ ਕਿ ਨਹੀਂ? ਜਾਗਦੀਆਂ ਜ਼ਮੀਰਾਂ ਵਾਲੇ ਨੂੰ ਸਪੋਰਟ ਕਰਦਾ ਯਾਰ, ਜਦੋਂ ਅੰਮ੍ਰਿਤਪਾਲ ਨੇ ਕੋਈ ਚਿੱਟਾ ਨਹੀਂ ਵੇਚਿਆ, ਕੋਈ ਨਸ਼ਾ ਨਹੀਂ ਵੇਚਿਆ, ਕਿਸੇ ਨੌਜਵਾਨੇ ਨੂੰ ਇਹ ਨਹੀਂ ਆਖਿਆ ਚਿੱਟਾ ਲਾਓ, ਬੀੜੀ ਪੀਓ, ਤੁਸੀਂ ਵਾਲ ਕੇਸ ਕਟਾਓ, ਤੁਸੀਂ ਨਾ, ਉਹਨੇ ਤਾਂ ਹੱਥ ਜੋੜ ਕੇ ਪਿਆਰ ਨਾਲ ਆਖਿਆ, ਉਹਨੇ ਤਾਂ ਆਪਦੇ ਭਰਾ ਨੂੰ ਵੀ ਇਹ ਗੱਲ ਆਖੀ ਆ, ਅੰਮ੍ਰਿਤ ਛੱਕ ਸਿੰਘ ਸੱਜ ਗੁਰੂ ਵਾਲਾ ਬਣ, ਸਾਰਿਆਂ ਮੂਹਰੇ ਹੱਥ ਬੰਨੇ ਉਹਨੇ ਵੀ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ, ਹੈ ਆਨੰਦਪੁਰ ਸਾਹਿਬ ਵੱਲ ਨੂੰ ਆਪਦਾ ਮੁੱਖ ਕਰੋ ਤੁਸੀਂ, ਸਾਰਿਆਂ ਨੂੰ ਇਹ ਕੰਮ ਮਾੜਾ ਕੀਤਾ ਉਹਨੇ, ਦੱਸੋ ਦੱਸੋ ਮਾੜਾ? ਉਹ ਪਤੰਦਰੋਂ ਜਿਨ੍ਹਾਂ ਨੇ ਚਿੱਟੇ ਦੇ ਲੈ ਆਉਂਦੇ ਪੰਜਾਬ 'ਚ, ਨੌਜਵਾਨ ਖੋਖਲੇ ਕਰਤੇ ਆ, ਹੈ ਆਹ ਤੁਸੀਂ ਵੇਖੋ, ਤੁਸੀਂ ਬੱਸ ਅੱਡਿਆਂ ਦੇ ਆ ਵਿੱਚ ਜਿਹੜੇ ਬਣੇ ਹੁੰਦੇ ਆਪਣੇ ਬਾਥਰੂਮ, ਉੱਥੇ ਸਰਿੰਜਾਂ ਵੇਖੋ ਤੁਸੀਂ, ਆਹ ਨਹਿਰਾਂ ਦੀਆਂ ਪਰੜੀਆਂ 'ਤੇ ਸਰਿੰਜਾਂ ਵੇਖੋ ਤੁਸੀਂ, ਹੈ ਕੀ ਹਾਲ ਸਾਡੀਆਂ ਨੌਜਵਾਨਾਂ ਦਾ, ਕਰਦਾ ਕੀ ਮਾੜਾ ਕਰਤਾ ਤੁਹਾਡਾ, ਦੱਸੋ ਯਾਰ।